ਜੀ ਆਂ ਦੋਸਤੋ ਅੱਜ ਤੱਕ ਮੈਂ ਟਿਕਟੌਕ ਦਾ ਮੁਕੰਮਲ ਕੋਰਸ ਸ਼ਾਇਦ ਮੇਰੀ ਵੀਡੀਓ ਹੁਣ ਲੇਟ ਨਾਲ ਆਂਦੀ ਰਹੀ ਸੀ ਕਿਉਂਕਿ ਅੱਜ ਤੱਕ ਮੈਂ ਕੋਰਸ ਦੇ ਦੇਣਾ ਪਿਆ ਮੇਰੇ WhatsApp ਤੇ ਇਤਨਾ ਮੈਸੇਜ ਸ਼ਮਸ਼ਾਦ ਬਈ ਅਕਾਊਂਟ ਵਾਇਰਲ ਕਿਵੇਂ ਕਰੂੰ ਸ਼ਮਸ਼ਾਦ ਭਾਈ ਵੀਡੀਓ ਵਾਇਰਲ ਨਹੀਂ ਸ਼ਮਸ਼ਾਦ ਭਾਈ ਅਕਾਊਂਟ ਮੋਨਟਾਈਜ਼ ਕਿਵੇਂ ਕਰੂੰ ਸ਼ਮਸ਼ਾਦ ਭਾਈ ਸਾਡੇ ਵਿਊਜ਼ ਘਟੰਨ ਸ਼ਮਸ਼ਾਦ ਭਾਈ ਸਾਡੇ ਲਾਈਕ ਘਟੰਨ ਤੁਸਾਂ ਸਾਨੂੰ ਕੋਰਸ ਦੱਸੋ ਅੱਛਾ ਇਹ ਜਰਾ ਕੋਰਸ ਦੱਸੇਨਾ ਪਿਆ ਮੈਂ ਆਪਣੇ ਹੱਥ ਕਾਟ ਦੂ ਤੱਕ ਦੇਣਾ ਪਿਆ ਵੀਡੀਓ ਵਾਇਰਲ ਕਰਨ ਦੇ ਅਕਾਊਂਟ ਮੋਨਟਾਈਜ਼ ਕਰਨ ਦੇ ਅਕਾਊਂਟ ਨੂੰ ਘਰੋ ਕਿਵੇਂ और हिकु शइ तोखे मां ॾसेसां इनशा वी چلاونی ہے आहे प्रोक्सी ہے आहे सिम चलावी आहे नई चलावणी क्या करिणी आहे वीडियो कंहिंजे लाइ अपलोड करणी आहे कंटेंट कंहिंजा हुजे वीडियो एडिट कीवे करणी आहे मुकमल कापी पेस्ट कमु करणु चाहंदे हुई और उहो कीअं करिणे हिकु हिकु शइ तोखे ॾिसा लेकिन हिकु शइ तोखे मां पहले ई आख ॾिना पिया की वीडियो मेरी वॾी थीसीं क्यूकी कोर्स कठे ॾियण जे नाल वीडियो वॾी ज़रूरु थी वेंदी रह वेंदी आहे ठीकु ਔਰ ਹਰ ਸ਼ੈ ਮੈਂ ਵੀਡੀਓ ਇੱਕ ਕਲਰ ਕਰ ਦਿੱਤੇ ਸ਼ਾਇਦ ਮੇਰੀ ਵੀਡੀਓ ਵੀ ਹੁਣ ਯਾਨੀ ਕਿ ਜਲਦੀ ਨਾ ਹੋਸੀ ਕਿਉਂਕਿ ਇੱਕ ਇੱਕ ਸ਼ੈ ਮੈਂ ਦੱਸਿਆ ਨਾ ਵੀ ਤਾਂ ਰੋਜ਼ ਵੀਡੀਓ ਦੇਣਾ ਮੈਂ ਸ਼ਾਇਦ ਇੱਕ ਦੋ ਜੜ ਦੇ ਬਾਅਦ ਵੀਡੀਓ ਆਸੀ ਠੀਕ ਹੈ ਔਰ ਜਿਵੇਂ ਟਿਕਟੌਕ ਦੀ ਕੋਈ ਅਪਡੇਟ ਆਸੀ ਮੈਂ ਦੱਸਿਆ ਸਾਂ ਵਾਲਾ ਅੱਜ ਮੈਂ ਕੋਰਸ ਟਿਕਟੌਕ ਦਾ ਫਰੀ ਦੇ ਤੋਂ ਦੇਣਾ ਪਿਆ ਅੱਛਾ ਇਹ ਕੋਰਸ ਦੇ ਇੱਕ ਮੇਰੇ ਦੋਸਤ 25000 ਰੁਪਏ ਭਰੇ ਠੀਕ ਹੈ ਔਰ ਜਿਹੜੇ ਵੇਲੇ ਮੈਨੂੰ ਪਤਾ ਲੱਗੇ ਔਰ ਮੈਨੂੰ ਬੜੀ ਤਕਲੀਫ ਹੀ ਤਈ ਹੈ ਕਿ ਯਾਰ ਮੇਰਾ ਦੋਸਤ ਆ ਮੈਨੂੰ ਦੱਸਾਵੇ ਮੈਂ ਉਹ ਫਰੀ ਦੇ ਦੇ ਦੇਵਾਂ ਠੀਕ ਹੈ ਔਰ ਬਾਕੀ ਜਿਹੜੇ ਬੰਦੇ ਪੈਸੇ ਗਿੰਨਣ ਜ਼ਰੂਰ ਯਾਰ ਜਰਾ ਟਾਈਮ ਦੇਣ ਦੇ ਪੈਸੇ ਗਿੰਨ ਵੀ ਸਕਦੇ ਠੀਕ ਹੈ ਔਰ ਤੁਸਾ ਕੋਸ਼ਿਸ਼ ਕਰੋ ਹੀ ਵੀਡੀਓ ਕੋ ਦੇਖਣ ਬਰਦਾਸ਼ ਕਰਾਏ ਤਾਂ ਕਿ ਤਾਕੋ ਪੈਸੇ ਨਾ ਭਰਨੇ ਪਵਣ ਚੀਜ਼ ਵੀ ਤਾਕੋ ਮੁਫਤੇ ਮਿਲਦੀ ਪਈ ਹੈ ਟਾਈਮ ਤੁਸਾਂ ਦੇਵਣੇ ਅਗਰ ਕਹੀਂ ਬੰਦੇ ਦੋ ਤੁਸਾਂ ਮੈਸੇਜ ਕਰੇ ਸੋ ਉਹ ਬੰਦਾ ਤਾਕੋ ਦੱਸੇ ਸੀ ਠੀਕ ਹੈ ਆਪਣੀ ਮਰਜ਼ੀ ਤੇ ਜਵਾਬ ਦੇਸੀ ਆਪਣੀ ਮਰਜ਼ੀ ਤੇ ਹਲੇ ਸੀ ਔਰ ਜ਼ਰੂਰ ਤੁਸਾਂ ਯਾਨੀ ਕਿ ਤੰਗ ਵੀ ਥੀ ਸੋ ਅਗਰ ਉਹ ਪੈਸੇ ਵੀ ਕਿਦੀ ਬਿਠਾਉਂਦੀ ਵਲਾ ਵੀ ਤਾਕੋ ਜਲਦੀ ਜਵਾਬ ਨਾ ਦੇਸੀ ਇਹ ਵੀਡੀਓ ਹੈ ਕਿ ਸ਼ਾਇਦ ਸੇ ਸਾ ਔਰ ਤੁਸਾਂ ਦੇਖ ਸੋ ਬਿਠੇ ਸਿਕਸੋ ਕੈਨੀ ਮੁਸ਼ਕਲ ਹੈ ਹੀ ਵੀਡੀਓ ਕੋ ਦੇਖਣ ਬਾਅਦ ਤੁਸਾਂ ਇਹਨਾਂ ਕੋ ਉਸਤਾਦ ਬਣੇ ਵਸੋ ठीकु आहे वीडियो वैराय करण जो तरीक़ा पत लॻिट करण जो तरीक़ा पत लॻी मोनोटाइज़ कर तरीक़ा पत लॻ वियो और अकाउंट बणण जो तरीक़ा पत लॻ वियो भई जान तुसां उस्ताद बण जो मैं तूं हक़ीक़त पियो वीडियो ज़रूरु वॾी थी बाक़ी दोस्तो मै हिकु चीज़ दा सभु पहिरियों असल सारे मे शमशाद खोसा यूट्यूब जनरल शमशाद खोसा डेर पवे भई जान मां अकाउंट फरी ॾे रहंदा ज़रा फेरा चैनल सब्सक्राइब करे वीडियो को लाईक करे اور ڈسکرپشن ہے واٹس ایپ دے گروپ ملسیوں کو جوائن کرے سو ڈسکرپشن ہے واٹس ایپ دے گروپ ملسیوں کو جوائن کرے سو اور کوئی نہ کوئی کمنٹ کر دے کرو پچھلی ویڈیو تے بھائی سارا ونر بنی ٹک ٹاک دا اکاؤنٹ دینے پیسے بندا سنا رابطہ کر سکدے ٹھیک ہے اور اسا ویریفیکیشن کرن دے کہ بندے نے ویڈیو پوری ڈھیٹی ہے کانسل ویڈیو کو تو پورا ڈھیٹا کرو اور باقی اینے خامخا میں کو واٹس ایپ دے تنگ نہ کیتا کرو خدا دے واسطے میں تنگ تے نہیں اتنا میسج انہاں توں دی سوچ ہی کن مختصر گل کیتی کرو کوئی مجبوری ہوے تا اگر ونر بن سو تا اکاؤنٹ میں تو کو دے سا ਮੈਂ ਤੋਗਦੇ ਸਮ ਮੈਂ ਹਰ ਚੀ ਚੈੱਕ ਕਰਦੇ ਸਮ ਮੈਂ ਤੁਹਾਡੇ ਅਕਾਊਂਟ ਨਹੀਂ ਦੇਣਾ ਨਹੀਂ ਕੋਈ ਨਿ ਸ਼ਫਾਰਤ ਨਾ ਮਨਣਾ ਜੇਰਾ ਜੀਨਰ ਬਣਦੇ ਮੈਂ ਹੁਕਦੇਣਾ ਇਹ ਅਕਾਊਂਟ ਖਾਤਰ ਵਟਸਐਪ ਮੈਸੇਜ ਨਾ ਕਿਤੇ ਕਰੋ ਕਿ ਯਾਰ ਸਾ ਕੋ ਅਕਾਊਂਟ ਫਰੀ ਦੇ ਵਿੱਚ ਦੇ ਅਸਾਂ ਤਰ ਵੀਡੀਓ ਦੇ ਦੇ ਤੇ ਕਮੈਂਟ ਕਰਦੇ ਨਹੀਂ ਵੀਡੀਓ ਦੇਖੋ ਨਾ ਦੇਖੋ ਇਹ ਚੀਜ਼ ਨਾਲ ਨਹੀਂ ਮੇਕੋ ਅਗਰ ਤੁਸੀਂ ਪੂਰਾ ਵੀਡੀਓ ਦੇ ਦੇ ਚੈਨਲ ਸਬਸਕ੍ਰਾਈਬ ਕੀਤੀ ਬਦੇ ਵਿਨਰ ਬਣਸੋ ਮੈਂ ਖੁਦ ਬਖੁਦ ਦੱਸਾ ਦੇਣਾ ਵੀਡੀਓ ਦੇ ਵਿੱਚ ਔਰ ਡਿਸਕ੍ਰਿਪਸ਼ਨ ਦੇ ਗਰੁੱਪ ਜੁਆਇਨ ਕਰ ਦੋ ਤੁਹਾਨੂੰ ਦੱਸਾ ਦੇਣਾ ਇਹ ਚੀਜ਼ਾਂ ਤਾਂ ਜ਼ਰੂਰੀ ਕਰਨੀਆਂ ਪੁੱਸ ਬਾਕੀ ਅਗਰ ਪੈਸੇ ਨਾਲ ਗਿਨ ਜੇਰੀ ਕੰਟਰੀ ਦੇ ਕਿਨੂੰ ਜ਼ੀਰੋ ਫਾਲੋਅਰ ਆਲੇ ਫਾਲੋਅਰ ਆਲੇ ਹੋਲ ਸੇਲ ਦਾ ਸਾਡਾ ਹਿਸਾਬ ਹੁੰਦੇ ਡਿਸਕ੍ਰਿਪਸ਼ਨ ਮੈਂ ਦਿੱਤੀ ਰਹਿਵਾਂਦਾ ਠੀਕ ਹੈ ਡਿਸਕ੍ਰਿਪਸ਼ਨ ਹੈ ਗਰੁੱਪ ਤੇ ਔਰ ਗਰੁੱਪ ਤੇ WhatsApp ਦਾ ਹੁੰਦੇ ਤੇ ਮੈਂ ਯਾਨੀ ਕਿ ਪੋਸਟਾਂ ਲਈ ਰਹਿਵਾਂਦਾ ਔਰ ਬੰਦੇ ਗਿੰਦੇ ਰਹਿੰਦੇ ਔਰ ਅਲਹਮਦੁਲਿਲਾ ਅਕਾਊਂਟ ਵੀ ਉਹਨਾਂ ਦੇ ਵਾਇਰਲ ٿਿੰਦੇ ਔਰ ਅਰਨਿੰਗ ਵੀ ਕਰਨੇ بیٹھے ਤੁਸੀਂ ਵਕਤ ਜ਼ਾਇਆ ਨਾ ਕਰੋ ਅਗਰ ਤੁਹਾਡੇ اندر ਈਮਾਨ ਹੈ ਮੁ슬ਮਾਨ ਹੀ ਵੇ ਕੋਈ ਯਾਰ ਕੋਈ ਤੂੰ ਸੋਚੋ ਆਪਣਾ ਟਾਈਮ ਜ਼ਾਇਆ ਕਰਨਾ ਕੀ ਫਾਇਦਾ ਹੈ ਅਕਾਊਂਟ ਖੁਦ ਬਣਾਓ ਜਾਂ ਮੋਲ ਗਿੰਨੋ ਜਾਂ ਖੁਦ ਬਣਾਓ ਕੋਈ ਨਾ ਕੋਈ ਕਰੋ ਠੀ अगर सारे गिनना चांदे हो गिन सकते डिस्क्रिप्शन में व्हाट्सएप जरूर में से ज्वाइन कर सकते हो ठीक है बाकी जल्द से मोबाइल दी सकें तो को हर शायद ऐसे ऐसा मैं समय रहा थोड़ा तो रह टाइम जाए थी वैसी और तो को अच्छा ना लगे मेरे को भी अच्छा नहीं लगता ये लो मोबाइल दी सक्रीन दो के पाकिस्तानी एपी एड्रेस चैप्टर नंबर वन भाई जान सब तो पहले पहले अगर टिकटॉक यूके यूएसए कई कंट्री चलावन चाहते हुए तोड़े कने मोबाइल डू होवन ਦੂ ਮੋਬਾਈਲ ਇ ਹੋਵੇ ਜੋ ਇੱਕ ਮੋਬਾਈਲ ਦੇ ਉਤੇ ਬੰਦਾ ਯਾਨੀ ਕਿ ਭੋਲ ਚੌਕ ਦੇ ਵਿੱਚ ਯਾਨੀ ਕਿ VPN ਬੰਦ ਵੀ ਕਰ ਬੰਦੇ ਪ੍ਰੌਕਸੀ VPN ਕੋਈ ਚੀਜ਼ ਵੀ ਇੱਕ ਮੋਬਾਈਲ ਸਪੈਸ਼ਲ ਟਿਕਟੌਕ ਯੂਜ਼ ਕਰਨ ਵਾਸਤੇ ਹੋਵੇ اور پاکستانی ای پی ایڈریس دا خیال رکھنے کیونکہ پہلے ٹک ٹاک موڈ چل دے رہا گن ہن نہیں چل دے پے ہوندے بعد جناب نمبر 2 ار ڈی پی کمپیوٹر چلدی ہے لیکن یہ مہنگی پروکسی بہترین ہے لیکن تھوڑی مہنگی ہے وی پی ان فری والی صحیح کہ نہیں ہوندی رہ ویندی پیڈ گھنوں تے چلاؤ بالکل نہیں تاں سیم گھن گھنوں یو کے یو ایس اے دی بہتری ہے اور موبائل تو دیکھنے ڈو ہوون ٹھیک ہے جیری کنٹری دا ٹک ٹاک وی چلو اگر ٹھیکے موبائل تے چلنے دے بھول چوک دے وچ وی پی ان فری والی باندھی تھائی پین لوکیشن چینج تھی دی اکاؤنٹ ڈس کوالیفائی تے آوندے ठीक है इन चीज़ें का ख्याल रखो वीपेन खरीदो या प्रोक्सी खरीदो ठीक है प्रोक्ससी थोड़ी महंगी मिलती है ठीक है पंद्रह सौ दो हज़ार रुपए नाल महीना यानी कि चलती है वीपेन गेन गिनो तुरी तो मर्जी सेम गेन गिनो तो बेहतर ही है ठीक है और एक मोबाइल दे टिकटॉक है दूजे मोबाइल तो तुम्हें कोई कुछ भी चलो और तो अपनी मर्जी है जी भाई जानू वीपेन ठीक है हैक यानी कि पैसे नाल चल भी फ्री लेकिन असा फिलहाल फ्री तो उम्मीद सुपर वीपेन ठीक है ਇਹ ਨੋਤੇ ਮੈਂ ਕਲੈਕ ਕਰਾਂ ਪਿਆ ਔਰ ਜਨਾਬ ਇਹ ਦੇ ਗੀਨੋ ਕਿ ਇੰਝਾ ਦੇ ਉਤੇ ਕਲੈਕ ਕਰੇ ਸੋਚਾ ਠੀਕ ਹੈ ਇੰਝਾ ਦੇ ਉਤੇ ਤੁਸੀਂ ਯੂਕੇ ਲਾਰੀ ਸਮੇ ਯੂਕੇ ਲਾਰੀ ਤੇ ਠੀਕ ਹੈ ਔਰ ਉਹਨੇ ਬਾਅਦ ਜਨਾਬ ਤੁਸੀਂ ਇੰਦੇ ਉਤੇ ਕਲੈਕ ਕਰਦਣਾ ਵੀਪੀਐਨ ਕੋ ਤੁਸੀਂ ਕਨੈਕਟ ਕਰ ਲੈ ਸੋ ਠੀਕ ਹੈ ਭਾਈ ਜਨਾਬ ਇਹ ਦੇ ਗੀਨੋ ਵੀਪੀਐਨ ਚੱਲ ਗਿਆ ਠੀਕ ਹੈ ਹੁਣ ਸਿੱਧਾ 100 ਰੁਪਏ ਪਲੇ ਸਟੋਰ ਵਾਲੀ ਟਿਕਟਾਕ ਠੀਕ ਹੈ ਪਲੇ ਸਟੋਰ ਵਾਲੀ ਟਿਕਟਾਕ ਦੇ ਉਤੇ ਨਾਰਮਲ ਜਿਹੀ ਟਿਕਟਾਕ ਹੁੰਦੀ ਹੁੰਦੇ ਤੇ ਤੁਸੀਂ 100 ਰੁਪਏ ਠੀਕ ਹੈ ਇਹ ਦੇ ਗੀਨੋ ਕਿ ਮੈਂ ਪਲੇ ਸਟੋਰ ਦੇ ਉਤੇ ਆਤਨਾ ਸਰਚ ਕਰਸਾਂ ਤੁਹਾਡੇ ਸਾਹਮਣ ये लेकिन सो टिकट ये टिक टाक, टाक में लिखे मी और ये टिकट को मैं ओपन करना पाठ ठीक है लेकिन और, और प्रोफाइल देते जनाब मैं जना कलेक्ट कि मैं ठीक है और तले तले लिखा करे ठीक है ना ए इन ज्यादा होते ठीक है ए इतना ठीक है साइन अप लिखा कड़ी ना उतने कलेक्ट कर दे सो और इन चीज़ को लिठा करो साइन अप फॉर टिकटॉक और जेरे वाले ऑप्शन आया खड़ा हुआ ठीक है तू वाला जनाब सीधा ਇਹ ਇਨ ਉਤੇ ਕਲਿੱਕ ਕਰ ਸੋ ਪੀਕੇ ਜਿੱਤਾ ਲਿਖਿਆ ਖੜਾ ਹੋਵੇ ਪਾਕਿਸਤਾਨ ਇਥਾ ਕਲਿੱਕ ਕਰੀ ਸੋ ਚਾ ਔਰ ਇਥਾ ਕੰਟਰੀ ਤੁਸਾਂ ਵਾਲਾ ਯੂਕੇ ਦੀ ਲਾਰੇ ਸੋ ਠੀਕ ਹੈ ਕੋਈ ਸ਼ੁਨਾਓ ਸੀ ਤੋ ਆਕੂ ਅਗਰ ਹੀ ਤਰੀਕ ਨਾ ਬਣਦੇ ਵੇ ਤਾਂ ਠੀਕ ਹੈ ਔਰ ਇਹ ਵੀ ਟੈਨਸ਼ਨ ਕਹਿ ਨਹੀਂ ਕਿ ਵੀਪੀਐਨ ਲ ਤੁਸਾਂ ਬਣਦੇ ਪਾਵਾ ਕੋਈ ਤਰ੍ਹਾਂ ਡਿਸਕਵਾਲਿਫਾਈ ਨਹੀਂ ਬਿਲਕੁਲ ਕਹਿਣਾ ਡਿਸਕਵਾਲਿਫਾਈ ਦੀ ਵਜ੍ਹਾ ਵੀ ਤੋ ਕੋ ਮੈਂ ਪਿਛਲੀ ਵੀਡੀਓ ਵਿੱਚ ਦੱਸਾਇਆ ਉਹ ਵੀ ਤੋ ਕੋ ਮੈਂ ਦੱਸਾ ਦੇ ਸੰ ਠੀਕ ਹੈ ਇਹ ਭਾਈ ਜਾਨ ਦੇਗ ਨਾ ਯੂਨਾਈਟਿਡ ਕਿੰਗਡਮ ਦੇ ਉਤੇ ਮੈਂ ਕਲਿੱਕ ਕਰ ਦਿੱਤੇ ਮੈਂ ਠੀਕ ਹੈ ਭਾਈ ਜਾਨ ਇਹ ਦੇਗ ਨਾ ਇਥਾ ਭਾਈ ਜਾਨ ਫੇਸਬੁਕ ਤੇ ਕਲਿੱਕ ਨਹੀਂ ਕਰਨਾ ਤੁਸੀਂ ਜਿਹੜੀ ਜਿੱਥੇ ਗੂਗਲ ਲਿਖਿਆ ਖੜੀ ਥਾਂ ਕਲਿੱਕ ਕਰੇ ਸੋ ਕਿਉਂਕਿ ਤੁਹਾਡੇ ਮੋਬਾਈਲ ਦੇ ਵਿੱਚ ਤੇ ਜਲਦੀ ਪੀਓ ਸੀ ਜੀਮੇਲ ਇੰਨੋ ਤੇ ਕਲਿੱਕ ਕਰ ਦੇਣਾ। ਭਾਈ ਜੀਮੇਲ ਕਾਫੀ ਸਾਰੇ ਆਵੇ ਸਰ ਮੈਂ ਇੱਕ ਜੀਮੇਲ ਉੱਤੇ ਬਣਾਣਾ ਪਿਆ ਠੀਕ ਹੈ ਔਰ ਉਹ ਆ ਜੀਮੇਲ ਮੈਂ ਉਹਦੇ ਉੱਤੇ ਕਲਿੱਕ ਕਰੇ ਸਾਂ ਠੀਕ ਹੈ ਉਹ ਜੀਮੇਲ ਜਨਾਬ ਦੇ ਜਿਹਨੋ ਕੇ ਇੱਕ ਖੜੀਏ ਵੇ ਠੀਕ ਹੈ ਇਹੀ ਜੀਮੇਲ ਤੇ ਬੈ ਕਲਿੱਕ ਕਰਨਾ ਪਿਆ। ਭਾਈ ਜਾਨ ਡੇਟ ਆਫ ਬਰਥ ਉਹ ਲਾਉਣੀ ਹੈ ਯਾਨੀ ਕਿ ਘਟ ਕੇ ਨੇ ਘਟ ਯਾਨੀ ਕਿ ਘਟ ਕੇ ਨੇ ਘਟ 18 18.5 ਸਾਲ 18 18.5 ਸਾਲ ਘਟਨਾ ਹੋਵੇ ਲੇਕਿਨ ਜੇਰੇ ਬੰਦੇ ਦਾ ਕਾਉਂਟ ਬਣਨ ਦੇ ਵੇਛ ਨਾਸੀ ਕਾਰਡ ਹੁੰਦਾ ਹੋਵੇ ਲੇਕਿਨ 18 ਸਾਲ ਗਨ ਘਟਨਾ ਹੋਵੇ ਠੀਕ ਹੈ ਵੈਸੇ ਤੁਸੀਂ ਵੀ ਵੀ ਲਾ ਸਕਦੇ ਹੋ ਅਗੋ ਆਇਡੈਂਟੀਟੀ ਵੈਰੀਫਿਕੇਸ਼ਨ ਕਰ ਸੋ ਸ਼ਾਇਦ ਅਲੀਗਾਰ ਵਾਲਾ ਇਸ਼ੂ ਆ ਸਕਦੇ ਲੇਕਿਨ شناਸੀ ਕਾਰਡ ਦੇ ਮੁਤਾਬਕ 18 ਸਾਲ ਗਨ ਉਤੇ ਉਮਰ ਕੋਸ਼ਿਸ਼ ਕਰ ਰਸੋ ਲੈ ਸੋ ਠੀਕ ਹੈ ਅਜਿਹਾ شناਸੀ ਕਾਰਡ ਹੈ ਅਗੋ ਵੀ ਆਇਡੈਂਟੀਟੀ ਵੈਰੀਫਿਕੇਸ਼ਨ ਵੀ ਹੋਊ شناਸੀ ਕਾਰਡ ਦੇ ਉਤੇ ਕਰਾਏ ਜੇਰੇ ਉਤੇ ਅਜਾ ਕਾਉਂਟ ਬਣਨ ਦੇ ਪਿਓ ਇਹ ਮੈਂ ਨੈਕਸਟ ਤੇ ਕਲਿੱਕ ਕੀਤਾ ਇਹ ਭੇਜਣ ਅਕਾਊਂਟ ਦੇ ਉੱਤੇ ਨਾ ਆ ਗਏ ਠੀਕ ਹੈ ਨਾ ਅਗਰ ਨਾ ਲਿਖਣ ਚਾਹੁੰਦੇ ਵੇ ਠੀਕ ਹੈ ਨਹੀਂ ਲਿਖਣ ਚਾਹੁੰਦੇ ਤਾਂ ਕੱਟ ਵੀ ਸਕਦੇ ਇਥਾਂ ਕਲਿੱਕ ਕਰ ਦਿੰਦੇ ਲੇਕਿਨ ਅਸਾਂ ਜਨਾਬ ਜਨਾਬ ਨਾ ਹੀ ਨਾਲ ਸੇਵ ਕਰਨੇ ਪੈਸੇ ਕੰਟੀਨਿਊ ਤੇ ਕਲਿੱਕ ਭਾਈ ਮੇਰੇ ਡੇਗਿਨ ਅਕਾਊਂਟ ਤਿਆਰ ਥੀ ਗਿਆ ਠੀਕ ਹੈ ਔਰ ਅਸਾਂ ਕੀ ਕਰ ਰਸੋਂ ਔਰ 3 ਡਾਟ ਤੇ ਕਲਿੱਕ ਕਰ ਤਾ ਨਾ ਜਨਾਬ ਟਿਕਟੌਕ ਸਟੂਡੀਓ ਦੇ ਉੱਤੇ ਕਲਿੱਕ ਕਰ ਰਸੋਂ ਭਾਈ ਯੂਕੇ ਅਕਾਊਂਟ ਦੀ ਪਹਿਚਾਣ ਇਹ ਹੁੰਦੀ ਰਹਿ ਮਿੰਦੀ ਹੈ ਡੇਗਿਨ ਠੀਕ ਹੈ ਟਿਕਟੌਕ ਕਰੈਕਟਰ ਰਿਵਾਰ ਪ੍ਰੋਗਰਾਮ ਆਇਆ ਖੜੇ ਔਰ ਉਹਦੇ ਬਾਅਦ ਜਨਾਬ ਇਹ ਇਹ ਡੇਗਿਨ ਇੰਜਾ ਦੇ ਉੱਤੇ ਮੇਨ ਜਾਏ ਯੂਨਾਈਟਿਡ ਕਿੰਗਡਮ ओके बहजान कुछ लोग आने के साथ प्रवेश जो अस अकाउंट इनफॉरमेसन क्या दूँ अकाउंट इनफॉरमेसन दे, देते बहजान डेकिनो दे और इंजाद तो नंबर जीमेल पाकिस्तान द कोई मसला कह नहीं ठीक है ज्यादा नंबर ला देशो ठीक है उत्ते ठीक है क्योंकि जीमेल लगी खड़ी है ए ज़्यादा नंबर वाली जाग खाली है ठीक है इतना नंबर लाता ऐड कर दसो और डेकिनो यूनाइटेड किंगडम है पाकिस्तान की जीमेल है पाकिस्तान का नंबर ला सकते कोई मसला कह नहीं मेन चीज़ है रीजन ठीक है यूनाइटेड किंगडम चैप्टर नंबर थ्री भाई जान सफे तोरे वास्ते लिखी बैठा हम ठीक है और जनाब क्या कर सो सब तो पहले पहले देखें तो यूट्यूब और दूजे नंबर से वैबसाइट तीजे चौथे नंबर वैबसाइट जो वैबसाइट को वीडियो मिल सन ठीक है और जेरा कोर्स तोरे कने लोग पंजी तीह हज़ार बचें और तले यानी कि कैटागिरी है ठीक है और जेह कैटेगरियाँ तुक वीडियो जरूरत हर कैटेगरी से वीडियो मिल रहे ठीक है ਸਭ ਤੋਂ ਪਹਿਲੇ ਜਨਾਬ ਤੁਸੀਂ ਆ ਯਾਨੀ ਕਿ YouTube ਦੇ ਉੱਤੇ ਸਜੂਲ ਦੇ ਪੈਸੇ YouTube ਦੇ ਤਾਂ ਉਹ ਸਾਰੇ ਨਾਮ ਹੈ ਠੀਕ ਹੈ ਨਵੇਂ ਵੀਡੀਓ ਤੋਂ ਕਿਵੇਂ ਮਿਲਸਨ ਠੀਕ ਹੈ ਔਰ ਜਨਾਬ YouTube ਦੇ ਤੁਸੀਂ ਆਓ ਸੋ YouTube ਦੇ ਸਰਚ ਕਰੋ ਸੋ ਫੁੱਟਬਾਲ ਠੀਕ ਹੈ ਭਾਈ ਜਨ ਵਾਲਾ 3 ਡਾਟ ਦੇ ਉੱਤੇ ਕਲਿੱਕ ਕਰ ਦੇ ਸੋ ਔਰ ਸਰਚ ਫਿਲਟਰ ਤੇ ਕਲਿੱਕ ਕਰ ਸੋ ਜਨਾਬ ਇੱਥੇ ਲਿਖਿਆ ਐਨੀ ਟਾਈਮ ਲਿਖਿਆ ਹੋਇਆ ਤੇ ਕਲਿੱਕ ਕਰ ਸੋ ਠੀਕ ਹੈ ਔਰ ਭਾਈ ਜਨ ਇਹ ਦੇਖੀਨੋ ਕਿ ਮੇਨ ਚੀਜ਼ ਹੁੰਦੀ ਰਹਦੀ ਹੈ ਠੀਕ ਹੈ ਟੁਡੇ ਟੂਡੇ ਦੇ ਉੱਤੇ ਕਲਿੱਕ ਕਰ ਸੋ ਜਾਂ ਐਨੀ ਟਾਈਮ ਠੀਕ ਹੈ ਇਹਨੂੰ ਤੇ ਕਲਿੱਕ ਕਰ ਸੋ ਠੀਕ ਹੈ ਐਨੀ ਟਾਈਮ ਦੇ ਉੱਤੇ ਕਲਿੱਕ ਕਰ ਸੋ अच्छा भाई ने देख रहे हैं जेरा वीडियो आया खने ठीक है ए जनाब बिल्कुल नए जीरो मीटर हैं ठीक है इन्हें को तुसा यानी के डाउनलोडिंग करता सट सकदे वे ठीक है इनों जड़े थी केनी को और वीडियो वायरल एक को 15 मिलियन बंदा देख गए ठीक है और बाकी को 2 महीने ठीक है ने और 1 महीना ठीक है ठीक है वला तो 3 डॉट पे क्लिक कर सर्च फिल्टर पे क्लिक कर सो ठीक है वला जनाब जितता लिखा खडे ए एनी एनी पे क्लिक कर सो ठीक है और वी मिनटला सा जरूरत है ठीक है ਵੀਮਰ ਦਾ ਤੇ ਕਲੈਕਰਸੋਂ ਵਾਲਾ ਐਪਲੇ ਤੇ ਕਲੈਕ ਕਰਦੇ ਸੋ ਠੀਕ ਹੈ ਇਹ ਬਈ ਨਾ ਡੇ ਗਨੋ ਕਿ ਉਤਰ ਜਿੰਨੇ ਕਿ 3 ਲੱਖ ਬੰਦਾ ਦੇਗੇ ਇਹ ਵੀ ਵੀਡੀਓ ਕੋ ਡੂ ਰਖ 68000 ਇਹ ਵੀ ਯਾਨੀ ਕਿ ਕਾਫੀ ਸਾਰਾ ਵੀਡੀਓ ਇਹ ਵੀ ਕੋ 8 ਲੱਖ ਇਨੇ ਵੀਡੀਓ ਕੋ ਡਾਊਨਲੋਡਿੰਗ ਕਰਨਾ ਜਨਾਬ 22 ਮਿੰਟ ਦਾ ਵੀਰ ਵੀਡੀਓ ਹੈ ਔਰ ਇਨੇ ਕੋ ਤੁਸੀਂ ਯਾਨੀ ਕਿ ਕਮਸ ਕਮ 10 ਵੀਡੀਓ ਬਣਾ ਸਕਦੇ ਹੋ ਠੀਕ ਹੈ 22 ਮਿੰਟ ਦਾ ਬਣਾਉਣਾ ਚਾੜਾ ਅਗਰ ਮੈਂ ਮੈਂ ਬਣਨ ਤੋਂ ਤੁਹਾਡੇ ਯਾਨੀ ਕਿ ਕਮਸ ਕਮ 18 17 ਵੀਡੀਓ ਬਣਾ ਸਕਦੇ ਹਾਂ ਠੀਕ ਹੈ ਔਰ ਐਡਿਟ ਕਰਨ ਦਾ ਤਰੀਕਾ ਤੋਂ ਅਗਲੇ ਸਿਨਮਾ ਹੈ ਅੱਛਾ ਬਿਆ ਕੀ ਕਰਨ 3 ਡਾਟ ਤੇ ਕ اور میرا بھائی تو سا کل کر سو انی ٹائم دے کل کر لاسٹ ہارس دے تے کل کر سو ٹھیک ہے اپلائی دے کل کر سو ٹھیک ہے اچھا بجن جیہڑا ویڈیو یعنی کہ اج اپلوڈ سن یعنی کہ گھنٹے جکو تھن اے کو 14 گھنٹے تیکن 7000 بندا دے گئے اے بھی کو یعنی کہ 13 گھنٹے تیکن اور اے بھی کو 12 منٹ تھن اے بھی کو 12 گھنٹے تھن اے بھی کو یعنی کہ لائیو چلدا پے اور میرا بھائی لیکن او کے بالکل نوے ویڈیو اور انہی کو ڈاؤن لوڈنگ کر دینا یوٹیوب تے تو پتہ ڈاؤن لوڈنگ گیون تھن انہاں نوں وہی تو پتہ ہوسی او اور میرے چینل سٹرائی کریا ویسی ٹھیک ہے ਇਨ ਡੋਲਰ ਡਿੰਗ ਕਰ ਸਕਦੇ ਅੱਛਾ ਜੀ ਆ ਨੰਬਰ ਬਿਆ ਤੋਂ ਜੋ ਇਹ ਦੇ ਪੇਜ ਜੋ ਹੁਣ ਇਹ ਵੈਬਸਾਈਟ ਹੈ ਠੀਕ ਹੈ ਬਿਲੀ ਬਿਲੀ WhatsApp wbillybilly.com ਠੀਕ ਹੈ ਅੱਛਾ ਜੀ ਇਹ ਵੈਬਸਾਈਟ ਜੋ ਤੇ ਅਸਾਂ ਜੁਲਦੇ ਪੈਸੇ ਠੀਕ ਹੈ ਔਰ ਉਦਰੀ ਜਿਹੜੀ ਵੈਬਸਾਈਟ ਹੈ ਉਹ ਤੱਕ ਮੈਂ ਸਾਰੇ ਦਾ doing doing.com ਠੀਕ ਹੈ ਅੱਛਾ ਭੀਜਨ ਅਸਾਂ ਜੁਲਦੇ ਪੈਸੇ ਸਿੱਧਾ ਯਾਨੀ ਕਿ Chrome ਦੇ ਉੱਤੇ Chrome ਦੇ ਤੇ ਜਨਾਬ ਜਿਹੜੇ ਤੋਂ ਸਾਹ ਆਵੇ ਸੋ ਠੀਕ ਹੈ ਇਹਦੇ ਤੇ ਵੀਡੀਓ ਆ ਗਏ ਠੀਕ ਹੈ ਔਰ ਇਹ ਵੀਡੀਓ YouTube ਦੇ ਉਤੇ ਜ਼ਿਆਦਾ ਹੁੰਨ ਔਰ ਹੁੰਦੇ ਬਾਅਦ ਲੋਕ ਐਡਿਟ ਕਰ ਸਰਟੀਪੈਂਦੇ ਟਿਕਟੌਕ ਤੇ ਘਟਣ ਠੀਕ ਹੈ ਟਿਕਟੌਕ ਦੇ ਇੰਜ ਵੀਡੀਓ ਤੁਸੀਂ ਅਪਲੋਡ ਕਰਦੇ ਤਾਂ ਕੋ ਕਾਫੀ ਸਾਰੀ ਅਰਨਿੰਗ ਥੀ ਸੀ ਔਰ ਵਿਊਜ਼ ਹੁੰਸਨ ਕਾਫੀ ਸਾਰੇ ਬੰਦੇ ਇੰਜ ਵੀਡੀਓ ਨੂੰ ਦੇਖਣ ਪਸੰਦ ਕਰਦੇ ਰਹਿੰਦੇ ਨੇ ਯਾਦ ਰੱਖੋ ਤੁਹਾਨੂੰ ਪਤਾ ਹੋ ਜੀ ਤੁਹਾਡੇ ਅਕੀਨ ਦੇ ਸਾਹਮਣੇ ਕਈ ਕੀ ਵੀਡੀਓ ਆਂਦੇ ਹੋ ਸਭ ਇਨੇ ਵੀਡੀਓ ਨੂੰ ਸਰਚ ਕਰਨ ਵਾਸਤੇ ਕੀ ਕਰਨੇ ਭਾਈ ਜਾਨ ਇਹ ਦੇਖੀਨੋ ਕਿ ਤੁਸੀਂ ਸਿੱਧਾ ਬ੍ਰਾਊਸਰ ਪਰ ਕਰੋਮ ਦੇ ਉਤੇ ਠੀਕ ਹੈ ਕਰੋਮ ਦੇ ਉਤੇ ਆ ਜਨਾਬ ਇਹ ਦੇਖੀਨੋ ਕਿ ਮੈਂ ਯਾਨੀ ਕਿ ਇੰਗਲਿਸ਼ अच्छा जी मैं यानी कि ट्रांसलेट करना पे ठीक है और किमें थी सी ए तो सा ले गए उतने मैं लिखी फिर चाइनीज़ चाइनीज़ ना जनाब मैं पेश मैं ठीक है तले यानी कि और एक चाइनीज़ जबान दे लिखी तो आ गए ठीक है तो आपको लिखा डाँधा तो पाया ठीक है और सर्च कर सौ जग करो ठीक है इंग्लिश तो उर्दू और बाद ज्यादा पेस्ट कर रहे चाइनीज़ जबान ठीक है चाइनीज़ जबान जरा लिखी बैठे हो मैं जनाब सर्च की ठीक है क्योंकि उतरे ज़बान चाइनीज़ लगी भी है ये ले ठीक है और इनको काफी कहते जनाब तुसा ਇਕੋ ਦੇ ਨੋ ਮੈਂ ਕਾਪੀ ਕਰਾਂ ਪਰ ਕਾਪੀ ਕਰਤਾ ਨਾ ਸਿੱਧਾ ਤੋਂ ਸੌਫਟਪੇ ਇਹ ਥਾਂ ਇਹ ਹੀ ਨੋ ਤੇ ਆਪਣਾ ਕਰੋ ਮੋਦੇ ਤੇ ਠੀਕ ਹੈ ਕਰੋ ਮੋਦੇ ਤੇ ਭਾਈ ਜਨਾ ਸੌਫਟਪੇ ਤੋਂ ਸਿੱਧਾ ਇਹਦੇ ਤੇ ਪਵੇ ਔਰ ਇਹ ਇੰਜਾ ਦੇ ਸਰਚ ਅੰਗਲ ਇਜਾਜ਼ ਹੈ ਇਹ ਪਤਾ ਹੀ ਖੁੱਲਦਾ ਕਿਵੇਂ ਤੁਸੀਂ ਜਨਾਬ ਡੈਸਕਟਾਪ ਲਾਜ਼ਮੀ ਕਰੇ ਸੋ ਜਾ ਠੀਕ ਹੈ ਇਹ ਇੰਜਾ ਦੇ ਹੋਤੇ ਤੁਸੀਂ ਕਲਿੱਕ ਕਰੇ ਸੋ ਜਾ ਠੀਕ ਹੈ ਇੰਜਾ ਦੇ ਹੋਤੇ ਠੀਕ ਹੈ ਇਹਦੇ ਤੇ ਪਵੇ ਇਹ ਮੈਂ ਇੱਜ ਕੱਟੇ ਮੀ ਵਲਾ ਪੇਸਟ ਕਰਾਂ ਪਿਆ ਠੀਕ ਹੈ ਮੈਂ ਸਿਰਫ ਤੁਹਾਨੂੰ ਦੱਸਾਉਣ ਵਾਸਤੇ ਇਹ ਮੈਂ ਪੇਸਟ ਕਰਦੇ ਮੀ ਔਰ ਸਰਚ ਕਰਦੇ ਸੋ ਠੀਕ ਹੈ ਜੇ ਰਵਲੇ ਤੁਸੀਂ ਜਨਾਬ ਸਰਚ ਕਰਨੇ ਪਵੇ ਨਾ ਤੁਹਾਡੇ ਸਾਹਮਣੇ ਵੀਡੀਓ ਆ ਜਾਂਦੇ ਇਹਨੇ ਵੀਡੀਓ ਨੂੰ ਤੁਸੀਂ ਡਾਊਨਲੋਡਿੰਗ ਕਰ ਗਿੰਸੋ ਠੀਕ ਹੈ ਔਰ ਡਾਊਨਲੋਡ ਇਹ ਕਰਨ ਦਾ ਤਰੀਕਾ ਤੁਹਾਨੂੰ ਮੈਂ ਰਸਾ ਦੇਣਾ ਤੁਸੀਂ ਪਰੇਸ਼ਾਨ ਨਾ ਹੋ ਬਾਈ ਜਨ ਨੰਬਰ www.doing.com ਠੀਕ ਹੈ ਔਰ ਇਹਨੂੰ ਤੁਸੀਂ ਡਾਊਨਲੋਡਿੰਗ ਕਰਨੇ ਕਰੋਮ ਕਰੋਮ ਦੇ ਉੱਤੇ ਵੀ ਠੀਕ ਹੈ ਔਰ ਇਹ ਵੈਬਸਾਈਟ ਦਾ ਲੋਗੋ ਤੁਹਾਨੂੰ ਮੈਂ ਦਿਖਾ ਦੇਣਾ ਠੀਕ ਹੈ ਕੋ ਮੈਂ ਡਾਊਨਲੋਡਿੰਗ ਕੀਤੀ ਬੈਠਾ ਠੀਕ ਹੈ ਇੱਕ ਵੈਬਸਾਈਟ ਯਾਨੀ ਕਿ ਇੱਕ ਆਪੀ ਟਿਕ ਇਨ ਨੂੰ ਡਾਊਨਲੋਡਿੰਗ ਕਰਕੇ ਇਨਸੋਟੀ ਕੇ ਇਹਦੇ ਪੇਂਡੋ ਤੇ ਕਲਿੱਕ ਕਰ ਸੋ ਠੀਕ ਹੈ ਕਾਫੀ ਸਾਰੇ ਤੁਹਾਡੇ ਅੰਗੋ ਵੀਡੀਓ ਹਸਨ ਜਿਵੇਂ ਕਿ ਟਿਕਟਾਕ ਦੇ ਉਤੇ ਆਣ ਜਾਂਦੇ ਹੈ ਟਿਕਟਾਕ ਕਨਵੇ ਯਾਨੀ ਉਤੇ ਚਾਈਨੀਸ ਵੀਡੀਓ ਆ ਰਹੀਆਂ ਹੈ ਠੀਕ ਹੈ ਔਰ ਇਥੋ ਹੀ ਤੁਸੀਂ ਡਾਊਨਲੋਡਿੰਗ ਕਰ ਸਕਦੇ ਹੋ ਇੰਦੀ ਲਿੰਕ ਕਾਪੀ ਕਰ ਦੋ ਨਾ ਇੰਦੀ ਲਿੰਕ ਜਰ ਜਨਾਬ ਤੁਸੀਂ ਕਾਪੀ ਕਰ ਸੋ ਕਾਪੀ ਕਾਤਨਾ ਔਰ ਤੁਸੀਂ ਡੂਇੰਗ ਡਾਊਨਲੋਡਰ ਕਰੋਮ ਦੇ ਸਰਚ ਕਰ ਸੋ ਵਾਲਾ ਆਪੀ ਆਵਸੀ ਉਂਦੇ ਤੇ ਆ ਲਿੰਕ ਪੇਸਟ ਕਰ ਸੋ ਕਾਪੀ ਤੇ ਆਵੇ ਸੀ ਅਗਰ ਵੱਲੇ ਤੋ ਨਾ ਸਮਝਾ ਵਟਸਐਪ ਦੇ ਵਿੱਚ ਡਿਸਕ੍ਰਿਪਸ਼ਨ ਵਿੱਚ ਵਟਸਐਪ ਦਾ ਗਰੁੱਪ ਮਿਲਵੇ ਸੀ ਨੂੰ ਜੁਆਇਨ ਕਰੇ ਸੋ ਔਰ ਤੁਮੇ ਤੋ ਵੀਡੀਓ ਦੇ ਦੇ ਸੰ ਠੀਕ ਹੈ ਦੋਹੇ ਯਾਨੀ ਕਿ ਵੈਬਸਾਈਟ ਚਲਾਵਾਂ ਦਾ ਤਰੀਕਾ ਠੀਕ ਹੈ ਚਲਾਵਾਂ ਨੇ ਕਿਹਾ ਯਾਨੀ ਕਿ ਡਾਊਨਲੋਡ ਕਰਨਾ ਦਾ ਤਰੀਕਾ ਵੀਡੀਓ ਭਾਈ ਜਾਨ ਵੀ ਵੈਬਸਾਈਟ ਤੇ ਠੀਕ ਹੈ ਇਹਦਾ ਨਾਮ ਸਰਚ ਕਰ ਸੋ ਵੈਬਸਾਈਟ ਆਵੇ ਸੀ ਠੀਕ ਹੈ ਔਰ ਇਹਦਾ ਮੈਂ ਨਾ ਤੁਹਾਡੇ ਸਾਹਮਣੇ ਸਰਚ ਕਰਨਾ ਪਿਆ ਠੀਕ ਹੈ ਔਰ ਨਾ ਇਹਦਾ ਮੈਂ ਕਾਪੀ ਕਰਨਾ ਜਨਾਬ ਸਰਚ ਕਰਨਾ ਪਿਆ ਇਹ ਦੇ ਕਿ ਨੋ ਭਾਈ ਜਾਨ ਇਥਾ ਯਾਨੀ ਕਿ ਤੁਹਾਂ ਕੋ ਔਰ ਇੱਥੇ ਵੀ ਤੁਸੀਂ ਵੀਡੀਓ ਡਾਊਨਲੋਡਿੰਗ ਕਰ ਸਕਦੇ ਹੋ ਇਹਦੇ ਵਿੱਚ ਚਾਈਨੀਜ਼ ਦੀ ਯਾਨੀ ਕਿ ਐਪ ਹੈ ਠੀਕ ਹੈ ਇਹਨੇ ਵੀਡੀਓ ਨੂੰ ਤੁਸੀਂ ਡਾਊਨਲੋਡਿੰਗ ਕਰ ਸਕਦੇ ਹੋ ਜ਼ਬਰਦਸਤ ਵੀਡੀਓਸ ਹਨ ਔਰ ਵਾਇਰਲ ਵੀਡੀਓ ਇਹ ਟਿਕਟੌਕ ਤੇ YouTube ਤੇ ਉੱਤੇ ਘੱਟ ਹੁੰਦੇ ਨੇ ਠੀਕ ਹੈ ਅੱਛਾ ਜੀ ਵੀਡੀਓ ਹੁਣ ਐਡਿਟ ਕਰਨ ਮੇਨ ਚੀਜ਼ ਹੈ ਵੀਡੀਓ ਨੂੰ ਐਡਿਟ ਕਰਨ ਦਾ ਤਰੀਕਾ ਕਾਫੀ ਜ਼ਰ ਬੰਦੇ ਨੂੰ ਨਹੀਂ ਆਉਂਦਾ ਔਰ ਯਾਨੀ ਕਿ ਕਾਫੀ ਸਾਰੇ ਤੁਸੀਂ ਵੀਡੀਓ ਡਿਟੇਲਸ ਨੇ ਵੀਡੀਓ ਚੱਲਦੇ ਪਿਆ ਹੁੰਦੇ ਨੇ ਔਰ ਇੰਜਾ ਦਾ ਟਾਈਟਲ ਵੀ ਚੱਲਦਾ ਪਿਆ ਹੁੰਦਾ ਠੀਕ ਹੈ ਔਰ ਜਿਵੇਂ ਕਿ ਬੰਦਾ ਲੈਣਾ ਹੋਵੇ ਨਾ ਉਹਦੇ ਨਾਲ ਦੇ ਨਾਲ ਅਲਫਾਜ਼ ਹੀ ਚੱਲਦੇ ਨੇ ਪਏ اور ویڈیو کو صحیح طریقے نال ایڈٹ کرو تاکہ فار یو فیڈ علی شو ناٹ ایلیجیبل آلا ٹھیک ہے او ہی تو دیکھ سو مکمل کورس سکسو مکمل ویڈیو اپلوڈ کرن تک اور اکاؤنٹ کو مونیٹائز کرن تک ٹھیک ہے بھائی جان جیری تو سا ویب سائٹ دے تو ویڈیو ڈاؤن لوڈ کر نا او بالکل تلے تلے کرے اوتھے لے نا کر کیونکہ بندے ڈاؤن لوڈنگ کیتی ودے ان ٹھیک ہے ولہ تو ٹھیک ٹاک دے اوتے فار یو فیڈ علی شو ناٹ ایلیجیبل آلا ٹھیک ولہ میرے کو اسو کہ شمشاد بھی تو جھوٹ بلندی ٹھیک ہے اچھا نہیں لگدا ے और वीडियो तले तले डाउनलोड कर सो नवे ना करे सो यानी कि तले, तले तले पुराने जरा खड़िया नवे ना ठीक है भाई जान क्या थी सी जरा यानी कि जरा वेबसाइट से डाउनलोडिंग करो ठीक है भाई जन एक कैप कार्ड है ठीक है प्ले स्टोर से उत्त मिल वी है फ्री है और ओर अस बिल्कुल मैं खुद भी फ्री यूज़ करा रहा हूँ फ्री फ्री आला ऑप्शन ठीक है फ्री डाउनलोड नहीं करो ठीक है कैब कार्ड को ओपन कर सोचो न्यू प्रोजेक्ट से कलेक् कर सो वीडियो ला ऐसो ठीक है मैं वीडियो ला दी है सब तो पहले पहले मेरा भाई तुझा क्या करो वीडियो तो उत कलेक्क करो ओर ईजाद उत स्पीड ला ऑप्शन है ठीक है ਇਹ ਇੰਝ ਆਉਤੇ ਠੀਕ ਹੈ ਇਸ ਸਫੀਡ ਰੈਪਲੈਕਸ਼ਨ ਦੇ ਉੱਤੇ ਕਲਿੱਕ ਕਰਿਓ ਸੋ ਜਾ ਠੀਕ ਹੈ ਥੋੜੀ ਜਿਹੀ ਨਹੀਂ ਸਫੀਡ ਤੋਂ ਸਾ ਵਧੇ ਸੋ ਜਾ ਉਹ ਲਾ ਨਰਮਲ ਤੇ ਕਲਿੱਕ ਕਰਿਓ ਸੋ ਔਰ ਸਫੀਡ ਤੋਂ ਦੀ ਯਾਨੀ ਕਿ ਇਡੇ ਗਨੋ ਜਿਵੇਂ ਇੱਕ ਖੜੀ ਸਫੀਡ ਇਤਨਾ ਹੀ ਤੁਸੀਂ ਵਧਾਉਣੀ ਹੈ ਠੀਕ ਹੈ ਯਾਨੀ ਕਿ 1 1 ਠੀਕ ਹੈ ਐਕਸ ਲਿਖਿਆ ਕਰ ਇਵੇਂ ਕਰ ਤਾ ਇੱਕ ওকে ਕਰ ਦੇ ਸੋ ਇਹ ਜਰੂਰ ਨਹੀਂ ਥੀ ਵੀ ਨੇ ਹੁਣੇ ਬਾਅਦ ਮੇਰਾ ਬਰਾਤ ਤੁਸੀਂ ਬਿਆਹ ਕਰਿਓ ਸੋ ਵੀਡੀਓ ਕੋ ਪੂਰਾ ਦੇਖਣੇ ਵੀਡੀਓ ਕਰਨੇ ਲਾਉਣੇ ਠੀਕ ਹੈ ਔਰ ਥੋੜਾ ਜਿਹਾ ਸਾਈਡ ਤੇ ਕਰਿਓ ਸੋ ਵੀਡੀਓ ਤੇ ਕਲਿੱਕ ਕਰਤ ਵਲਾ ਥੋੜਾ ਜਿਹਾ ਤੁਸੀਂ ਸਾਈਡ ਤੇ ਕਰੀ ਸੋ ਥੋੜਾ ਜਿਹਾ ਸਾਈਡ ਤੇ ਕਰੀ ਸੋ ਕਰੀ ਸੋਚਾ ਥੋੜਾ ਜਿਹਾ ਠੀਕ ਹੈ ਥੋੜਾ ਜਿਹਾ ਕਰੀ ਸੋਚਾ ਇੰਜ ਜਦੋਂ ਤੇ ਫਿਲਟਰ ਆ ਕੇ ਠੀਕ ਹੈ ਫਿਲਟਰ ਦੋਤੇ ਜਨਾਬ ਤੁਸੀਂ ਯਾਨੀ ਕਿ ਕਲਿੱਕ ਕਰਦੇ ਸੋਏ ਠੀਕ ਹੈ ਫਿਲਟਰ ਦੋਤੇ ਭਾਈ ਜਨ ਮੈਂ ਜਨਾ ਕਲਿੱਕ ਕਰੀ ਤੇ ਮੇਂ ਫਿਲਟਰ ਕਾਫੀ ਸਾਰੇ ਆਵੇ ਸੰ ਠੀਕ ਹੈ ਫਿਲਟਰ ਤੁਸੀਂ ਉਹ ਲਾਉਣੇ ਜਿਹੜੇ ਯਾਨੀ ਕਿ ਫਰੀ ਦੇ ਵਿੱਚ ਪੈਸੇ ਬਿਲਕੁਲ ਨਹੀਂ ਲਾ ਫਿਲਟਰ ਦੇ ਵੀ ਉਹ ਲਾਉਣੇ ਹੀ ਕੋਤ ਫਾਰ ਵੀਡੀਓ ਦੇ ਵਿੱਚ ਯਾਦ ਹੀ ਰੱਖਣੇ ਠੀਕ ਹੈ ਫਿਲਟਰ ਕਾਫੀ ਸਾਰੇ ਆ ਗਏ ਠੀਕ ਹੈ ਦੇਦੇ ਪਏ ਪ੍ਰੋ ਵਾਲਨ ਫਰੀ ਵਾਲੇ ਵੀ ਹਨ ਪਰ ਠੀਕ ਹੈ ਪਰੇਸ਼ਾਨ ਹੋ ਜ਼ਰ ਬਿਲਕੁਲ ਨਹੀਂ ਹੋਣਾ ਔਰ ਮੈਂ ਦੇਦੇ ਪਏ ਇੱਕ ਖੜੇ ਚਾ ਠੀਕ ਹੈ ਇਹ ਫਿਲਟਰ ਲੈਦਾ ਪਿਆ ਮੇਰਾ ਭਾਈ ਠੀਕ ਹੈ ਇਹ ਸਾਹਮਣੇ ਇਹ ਦੇਖ ਨੂੰ ਠੀਕ ਹੈ ਇਹ ਫਿਲਟਰ ਠੀਕ ਹੈ ਮੈਂ ਇਹ ਫਿਲਟਰ ਲੈ ਪਿਆ ਕਲਰ ਇਹ ਇਹਨੂੰ ਤੇ ਕਾਹ ਰਕਰ ਲਾ ਘਟਾਈ ਸਕਦੇ ਵਧਾਈ ਸਕਦੇ ਠੀਕ ਹੈ ਕਲਰ ਬੈਸਟ ਹੈ ਮੈਂ ਵਧਾ ਛੋੜੇ ਇੱਕੋ ਕੇ ਕਰਦੇ ਨੇ ਪੈਸੇ ਔਰ ਵੱਲਾ ਥੋੜਾ ਜਿਆਦਾ ਸਾਈਡ ਤੇ ਆਉਸੋ ਪੈ ਆਉਸੋ ਪੈ ਠੀਕ ਹੈ ਥੋੜਾ ਸਾਈਡ ਦਾ ਆਉਸੋ ਪੈ ਔਰ ਉਹਨੇ ਬਾਅਦ ਮੇਰਾ ਭਾਈ ਇਹ ਸਾਹਮਣੇ ਯਾਨੀ ਕਿ ਆਪਸ਼ਨ ਆ ਰਿਹਾ ਠੀਕ ਹੈ ਇਹ ਇੰਜਾ ਦੇਤੇ ਇਹ ਆਪਸ਼ਨ ਠੀਕ ਹੈ ਇਹਨੂੰ ਉੱਤੇ ਤੁਸੀਂ ਕਲਿੱਕ ਕਰ ਦੇਣੇ ਇਹਨੂੰ ਉੱਤੇ ਬਿਜਨਸਾਂ ਕਲਿੱਕ ਕਰ ਦਿੱਤੇ ਸੇ ਠੀਕ ਹੈ ਔਰ ਉਹਨੇ ਬਾਅਦ ਵਲਾ ਕੀ ਕਰਨਾ ਹੈ ਵੀਡੀਓ ਤੁਸੀਂ ਪੂਰਾ ਦੇਖਣ ਵਾਲਾ ਥੋੜਾ ਜਿਹਾ ਤੁਸੀਂ ਸਾਈਡ ਤੇ ਦੇ ਆਉਸੋ ਪਾ ਠੀਕ ਹੈ ਥੋੜਾ ਜਿਹਾ ਸਾਈਡ ਦੇ ਉਤੇ ਔਰ ਇਹ ਕਾਪੀਰਾਈਟ ਲਿਖਿਆ ਖੜੀਨ ਉੱਤੇ ਕਲਿੱਕ ਕਰ ਦੇ ਸੋ ਔਰ ਇਹਨੇ ਕਲਿੱਕ ਕਰ ਜਨਾ ਤੁਸੀਂ ਯਾਨੀ ਕਿ ਇਹਨੂੰ ਉੱਤੇ ਕਲਿੱਕ ਕਰ ਸੋ ਇਹਨੂੰ ਉੱਤੇ ਵੀ ਠੀਕ ਹੈ ਇਹਨੂੰ ਦੂਹੇ ਉੱਤੇ ਤੁਸੀਂ ਕਲਿੱਕ ਕਰ ਸੋ ਤਾਂ ਕਿ ਕਾਪੀਰਾਈਟ ਨਾ ਇਹ ਭਾਈ ਜਾਨ ਠੀਕ ਹੀ ਆ ਸਾਂ ਕੁਝ ਕਰ ਦਿੱਤੇ ਠੀਕ ਹੁੰਦੇ ਬਾਅਦ ਵਲਾ ਜਨਾਬ ਤੁਸੀਂ ਥੋੜਾ ਜਿਹਾ ਸਾਈਡ ਤੇ ਕਰਸੋ ਜਾ ਠੀਕ ਹੈ ਔਰ ਔਰ ਇਹ ਇ ਜਾਦ ਉਤੇ ਭਾਈ ਜਾਨ ਤੁਸੀਂ ਕਲਿੱਕ ਕਰ ਜੋ ਠੀਕ ਹੈ ਅਗਰ ਯਾਨੀ ਕਿ ਤੁਸੀਂ ਚਾਹੁੰਦੇ ਹੋ ਕੋਈ ਚੀਜ਼ ਤੁਸੀਂ ਲਿਖਣ ਚਾਹੁੰਦੇ ਹੋ ਔਰ ਹੁੰਦੇ ਬਾਅਦ ਆਵਾਜ਼ ਬਣ ਤੋ ਆ ਚੀਜ਼ ਆਵੇ ਠੀਕ ਹੈ ਇਹਦੇ ਤੇ ਭਾਈ ਨੂੰ ਤੇ ਕਲਿੱਕ ਕਰਸੋ ਠੀਕ ਹੈ ਜੇਰਾ ਕੋ ਯਾਨੀ ਕਿ ਬਣਦਾ ਵੇ ਕੋਈ ਚੀਜ਼ ਦੀ ਵੀਡੀਓ ਹੈ ਔਰ ਉਹ ਕੋਈ ਤੁਸੀਂ ਤਾਂ ਲਿਖਸੋ ਆਟੋਮੈਟਿਕ ਆਵਾਜ਼ ਉਸੇ ਆਟੋਮੈਟਿਕ ਹੈ ਯਾਨੀ ਕਿ ਚਲਸੀ ਅੱਛਾ ਜੀ ਕੋਈ ਚੀਜ਼ ਵੀ ਤੁਸੀਂ ਲਿਖੋ ਚਾਹ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਔਰ ਹੁੰਦੇ ਬਾਅਦ ਮੈਂ ਕੀ ਕਰਨਾ ਪਿਆ ਮੈਂ ਯਾਨੀ ਕਿ ਇੱਥੇ ਵੀ ਕੁਝ ਨਾ ਕੁਝ ਚੀਜ਼ ਯਾਨੀ ਕਿ ਲੇ ਗਿੰਦਾ ਠੀਕ ਹੈ ਜਲਦੀ ਜਲਦੀ ਭਾਈ ਜਾਨ ਬਲਾ ਤੁਸੀਂ ਆਡੀਓ ਉੱਤੇ ਕਲਿੱਕ ਕਰਿਓ ਸੋ ਠੀਕ ਹੈ ਆਡੀਓ ਉੱਤੇ ਜਿਹੜੇ ਵਲੇ ਤੁਸੀਂ ਕਲਿੱਕ ਕਰ ਸੋ ਇਹਨੂੰ ਉੱਤੇ ਠੀਕ ਹੈ ਔਰ ਬਲਾ ਆਪਸ਼ਨ ਆਵੇ ਸੀ ਇਹ ਠੀਕ ਹੈ ਇਹ ਇਹ ਆਪਸ਼ਨ ਆਵੇ ਸੀ ਇਹਨੂੰ ਉੱਤੇ ਕਲਿੱਕ ਕਰ ਲੈਣਾ ਠੀਕ ਹੈ ਕਿਰਜ ਆਡੀਓ ਇਫੈਕਟ ਠੀਕ ਹੈ ਇਹਨੂੰ ਉੱਤੇ ਕਲਿੱਕ ਕਰ ਦਸੋ ਪਹਿਲਾਂ ਥੋੜਾ ਜਿਹਾ ਤੁਸੀਂ ਤਲੇ ਆਉਸੋ ਪੈਓ ਸੋ ਪੈ ਠੀਕ ਹੈ ਆਉਸੋ ਪੈਓ ਸੋ ਪੈ ਔਰ ਜਿਹੜੀ ਜਾਦੇ ਉੱਤੇ ਮੈਂ ਕਰੇ ਕਰਾਉਂ ਜਾਦੇ ਉੱਤੇ ਕਲਿੱਕ ਕਰਨੇ ਠੀਕ ਹੈ ਔਰ ਬਿਲਕ ਇਹ ਬਜੰਦੇ ਕਿਨੋ ਠੀਕ ਹੈ ਜਿਹੜਾ ਜਦ ਮੈਂ ਕਲਿੱਕ ਕਰਦੇ ਠੀਕ ਹੈ ਇਹ ਹਿੰਦੋ ਤੇ ਤੁਸੀਂ ਜਨ ਜਨਾਬ ਕਲਿੱਕ ਕਰਦੇ ਬਣੇ ਠੀਕ ਹੈ ਜਿਹੜੀ ਜਾਦੇ ਉਤੇ ਮੈਂ ਕਲਿੱਕ ਕਰਦੇ ਇਹ ਠੀਕ ਹੈ ਇਹ ਤਾਂ ਮੈਂ ਇੱਕ ਕਲਿੱਕ ਕਰ ਦਿੱਤੇ ਇਹ ਬਜੰ ਮੈਂ ਹਿੰਦੋ ਉਤੇ ਕਲਿੱਕ ਕਰ ਦਿੱਤੇ ਠੀਕ ਹੈ ਥੋੜਾ ਜਿਹਾ ਸਾਈਡ ਤੇ ਦੋਸੋ ਬਠੀਕ ਹੈ ਔਰ ਇਹਨੂੰ ਉਤੇ ਕਲਿੱਕ ਕਰ ਸੋ ਜਾ ਠੀਕ ਹੈ ਇਹਨੂੰ ਉਤੇ ਕਲਿੱਕ ਕਰ ਸੋ ਜੇ ਤੁਸਾਂ ਅਗਰ ਪ੍ਰੋ ਦੇ ਵਿਕਰਨ ਜਾਂਦੇ ਆਨ ਕਰਨਾ ਤਾਂ ਆਨ ਨਾ ਕਰ ਸੋ ਪ੍ਰੋ ਦੇ ਵਿਕਰਨ ਸਫਰੀ ਦੇ ਠੀਕ ਹੈ ਔਰ ਉਹਨੇ ਬਾਅਦ ਮੇਰਾ ਭਾਈ ਇਹ ਦੇਖਣੋ ਕਿ ਦੂਜਾ ਆਪਸ਼ਨ ਇਹ ਵੇਟੇ ਕੇ ਇਹ ਨੂੰ ਨਵਾਡੂ ਮੇਰਾ ਭਰਾ ਇਹ ਸ਼ੋਸ਼ਲਾ ਬਖਤਮ ਕਰਨ ਵਾਸਤੇ ਇਹਨੂੰ ਤੇ ਕਲਿੱਕ ਕਰ ਦੇ ਸੋ ਠੀਕ ਹੈ ਇਹਨੂੰ ਤੇ ਮੈਂ ਇਹਨਾਂ ਇੱਕੋ ਕਲਿੱਕ ਕਰ ਤਾ ਓਪਨ ਕਰੀ ਤੈਮ ਠੀਕ ਹੈ ਇਹ ਭੈਜਨ ਓਪਨ ਥੀ ਗਏ ਠੀਕ ਹੈ ਔਰ ਬਲਾ ਜਨਾ ਤੋ ਸੌਨ ਸਾਈਡ ਦੋ ਤੋ ਸੌ ਬੈਟ ਸਾਈਡ ਦੋ ਸਾਈਡ ਦੋ ਤੇ ਵੀਡੀਓ ਤੇ ਕਲਿੱਕ ਕਰ ਸੋ ਮਿਲ ਬਿਲਕੁਲ ਸਾਈਡ ਦੋ ਤੋ ਸੌ ਜਪੇ ਆਖੇ ਦੇ ਠੀਕ ਹੈ ਇਹ ਇਜਾਜ਼ਤ ਤੇ ਕਲਿੱਕ ਕਰ ਸੋ ਠੀਕ ਹੈ ਅਗਰ ਕਲਰ ਘਟਾਉਣਾ ਵਧਾਉਣਾ ਚਾਹੁੰਦੇ ਉਹ ਵੀ ਕਰ ਸਕਦੇ ਵੇ ਠੀਕ ਹੈ भाई वाला साउंड इफेक्ट्स लिखा खड़ी कलेक्ट करे सोचा ठीक है अगर कोई साउंड तुम्हें लावना चाहते ला सकते लेकिन असाइन से लगता पे ठीक है भाला भाई जान सामने देखने बैक के बैकग्राउंड है ठीक है तो कलेक्ट कर सोचा पहले ठीक है इंडियो कुछ थोड़ा जहां छोटा करके थोड़ा जहा लाजमी छोटा करने वीडियो कुछ छोटा कर देना जनाब तला हाथ मारे सोचा इमें हाथ मार आखिर देखो बैकग्राउंड बैकग्राउंड ला बलर दो कलेक्ट करे सोचा ठीक है ये वाला ला दसो ठीक है ना लागू ओके कर दिसो ये चीज़ा भी लाजमी ठीक है ਜਿਹਰੇ ਵਲੇ ਜਨਾਬ ਤੁਸੀਂ ਇਹ ਚੀਜ਼ਾਂ ਕਰ ਗੀਨੋ ਵਲਾਤ ਤੁਸੀਂ ਜਨਾਬ ਕਲਰ ਸੈੱਟ ਕਰਨਾ ਚਾਹਦੇ ਹੋ ਕਲਰ ਤੁਸੀਂ ਬਿਲਕੁਲ ਫਰੀ ਦੇ ਵਿੱਚ ਸੈੱਟ ਕਰ ਸਕਦੇ ਹੋ ਠੀਕ ਹੈ ਜਿਤਨਾ ਜਿਤਾਂ ਜਿਹੜੀ ਚੀਜ਼ ਰੱਖਣ ਚਾਹਦੇ ਹੋ ਠੀਕ ਹੈ ਠੀਕ ਹੈ ਕਿਉਂਕਿ ਖੁਦ ਟਿਕਟੋਕ ਦੇ ਕੁਝ ਨਕੋਤੋ ਸਾ ਆਪ ਹੀ ਆਪਣੀ ਵੀ ਐਡ ਕਰੋ ਐਡ ਕਰਨਾ ਪੰਦੇ ਪਰ ਬਜਨ ਮੈਂ ਸੈੱਟ ਕਰ ਦਿੱਤੇ ਮੈਂ ਹੁਣ ਜਨਾਂ ਦਾ ਕੀ ਕਰਸੋਂ ਹੁਣ ਇਹਨਾਂ ਕੋਈ ਚੀਜ਼ ਆ ਸਾ ਲਿਖਣੀ ਹੈ ਹਾਂ ਇੱਕ ਵੀ ਚੀਜ਼ ਵੀ ਹੈ ਇਹ ਜਨਾਬ ਸਬਟਾਈਟਲ ਠੀਕ ਹੈ ਇਹਨੋਂ ਤੁਸੀਂ ਕਲੈਕਟ ਕਰ ਸਕੋ ਠੀਕ ਹੈ ਇਹ ਵੀ ਤੁਸੀਂ ਲਾਜ਼ਮੀ ਯਾਨੀ ਕਿ ਲਾਉਣੇ ਇਹਨੋਂ ਤੇ ਕਲੈਕਟ ਕਰ ਸਕੋ ਠੀਕ ਇਹਨਾਂ 'ਤੇ اور ویڈیو ਦੇ ਵਿੱਚ ਇੰਕੋ ਜਾਨੀ ਕਿ ਤੁਸੀਂ ਆਨ ਰੱਖਣਾ ਠੀਕ ਹੈ ਇਹ ਇੰਦੇ ਇੰਦੇ ਉੱਤੇ ਤੁਸੀਂ ਕਲੈਕ ਕਰਨਾ ਠੀਕ ਹੈ ਜਿੰਜਾ ਤੁਸੀਂ ਲਾਉਣ ਚਾਹੁੰਦੇ ਹੋ ਲਾ ਸਕਦੇ ਹੋ ਲੇਕਿਨ ਅਸੀਂ ਫਰੀ ਅਲਾ ਯੂਜ਼ ਕਰਨੇ ਫਰੀ ਅਲਾ ਠੀਕ ਹੈ ਦੇਖੀ ਨੋ ਇਹ ਆਗੈਨ ਇਹ ਆਗੈਨ ਕਾਫੀ ਸਾਰੇ ਆਗੈਨ ਠੀਕ ਹੈ 그러면은 ਇਹਨਾਂ ਉੱਤੇ ਕਲੈਕ ਉੱਤੇ ਕਲੈਕ ਕਰ ਦਿੱਤਾ ਠੀਕ ਹੈ ਭਈਆ ਇਹ ਐਡ ਠੀਕ ਹੈ ਅੱਛਾ ਜੀ ਹੁੰਦੇ ਬਾਅਦ ਅਗਰ ਤੁਸੀਂ ਕੋਈ ਚੀਜ਼ ਲਿਖਣ ਚਾਹੁੰਦੇ ਹੋ ਠੀਕ ਹੈ ਇਹਨਾਂ ਉੱਤੇ ਕਲੈਕ ਕਰ ਸੋ ਜਾ ਠੀਕ ਹੈ ਔਰ ਕੋਈ ਚੀਜ਼ ਵੀ ਤਾਂ ਲਿਖਣ ਚਾਹੁੰਦੇ ਹੋ ਲਿਖ ਸਕਦੇ ਹੋ ਜਨਾਬ ਪਰੇਸ਼ਾਨ ਬਿਲਕੁਲ ਨਹੀਂ ਹੋਣਾ ਇਹ ਦੇਗੀ ਨ ਤੁਸੀਂ ਵੀ ਯਾਨੀ ਕਿ ਲਿਖ ਸਕਦੇ ਹੋ ਟੈਨਸ਼ਨ ਰੁਪਾਈ ਦੀ ਨਹੀਂ ਕਰਨੀ ਠੀਕ ਹੈ ਅੱਛਾ ਭਈ ਜਨ ਹੋਣਾ ਸਾ ਕੀ ਕਰਨੇ ਔਰ ਇੰਝ ਜਾਦੇ ਉਤੇ ਯਾਨੀ ਕਿ ਅਸਾਂ ਕੋਈ ਚੀਜ਼ ਲਿਖਣੀ ਐਡ ਕਰਨੀ ਉਤੇ ਕਲਿੱਕ ਕਰਸੋ ਠੀਕ ਹੈ ਇਨਤੇ ਕਲਿੱਕ ਕਰ ਇਨੋਤੇ ਕਲਿੱਕ ਕਰਸੋ ਠੀਕ ਹੈ ਇਹ ਦੇ ਗਿਨੋ ਕੇ ਸਾਰਾ ਕੋ ਯਾਨੀ ਕਿ ਅਸਾਂ ਯਾਨੀ ਕਿ ਲਿਖ ਦੇਤੇ ਲਿਖ ਤਾ ਜਨਾਬ ਹੀ ਥਾ ਠੀਕ ਹੈ ਤੁਸੀਂ ਕੋ ਇੰਗਲਿਸ਼ ਲਿਖਸਨਾ ਵਾਲਾ ਯਾਨੀ ਕਿ ਚਾਈਨੀਸ ਐਪ ਜ਼ਬਾਨ ਹੈ ਤਾਂ ਚਾਈਨੀਸ ਐਪ ਦੇ ਵਿੱਚ ਜ਼ਬਾਨ ਦੇ ਵਿੱਚ ਤੁਸੀਂ ਯਾਨੀ ਕਿ ਟ੍ਰਾਂਸਲੇਟ ਕਰ ਸਕਦੇ ਹੋ Google Chrome ਦੇ ਵਿੱਚ ਠੀਕ ਹੈ ਜਿਵੇਂ ਮੈਂ ਪਹਿਲਾਂ ਦੱਸਾਇਆ ਮੈਂ अच्छा भाईजन ओ जेरे वाले कार के नो ठीक है और उने बाद जनाब तुसै नेक्स्ट उत्ते क्लिक कर देसो और उने बाद इने उत्ते क्लिक कर ऑटो ऑटो दसे क्लिक कर देसो ठीक है ए भाईजन ओके थी गया ठीक है ओके थी उने बाद अगर इना कलर चेंज करना चांदे इने उत्ते क्लिक करसो या ठीक है अल्लाह तो सारे तो समझ ना होसी ठीक है ए इने उत्ते ठीक है ए ए इने उत्ते ठीक है इने उत्ते क्लिक करता जनाब सा कलर कोई ला पसंद दे एडे ते ए कलर बेस्ट है और ए भी सही है ठीक है ए रथा लेने पैसे इन लात नो जनाब कोई छोड़ लेमे इन बाद मेरा भाई तुम्हें क्या करना है अगर कोई चीज़ तिखण चाहते हो सब तो पहले तुम जनाब और जैसे तरीके वीडियो वो चीज़ लिख लेकिन मैं टिकटॉक का नाम भी लिखा पैया अपनी हड्डी का और उन्हें बाद जनाब एक बी चीज लिखता पे जो और उतना वीडियो पूरा लिखना है ठीक है भाई जन कलर चंगा लाने कलर में लगा पाठी एरा खूबसूरत लगे हला बेहतरीन लेकिन नहीं लगता पा सही तरह में ये भी ठीक है क्योंकि जनाब मसला भी आना पे जो सा लगा पी है ਇਹ ਇੰਜ ਆਦੇ ਹੁੰਦੇ ਹੈ। ਔਰ ਕਲਰ ਅਸਾਂ ਉਹਨਾਂ ਜਿਹੜਾ ਸ਼ੌਕ ਨਜ਼ਰ ਆਇਆ। ਇਹ ਠੀਕ ਹੈ। ਅੱਛਾ ਜੀ ਕੋ ਕਰਦੇ ਤੇ ਔਰ ਬਿਆ ਵੀ ਅਸਾਂ 180 ਕੇ ਬਿਆ ਟਿਕਟੌਕ ਐਡੀ ਦਾ ਨਾਂ ਜਿਹੜਾ ਸੀ ਉਹ ਹੀ ਅਸਾਂ ਲਿਖਦੇ ਪੈਸੇ। ਇਹ ਭੈਜਨ ਟਿਕਟੌਕ ਐਡੀ ਦਾ ਨਾਂ ਜਨਾਬ ਅਸਾਂ ਲਿਖਦੇ ਤੇ ਲਿਖਤ ਜਨਾਬ ਥੋੜਾ ਜਿਹਾ ਹੇਠਾਂ ਲੇ ਕਰਦੇ ਪੈਸੇ ਇਕੋ ਥੋੜਾ ਜਿਹਾ ਹੇਠਾਂ ਰੱਖਦੇ ਪੈਸੇ ਠੀਕ ਹੈ। ਔਰ ਮਜ਼ੀਦ ਯਾਨੀ ਕਿ ਅਸਾਂ ਸੈੱਟ ਕਰਨੇ ਤਾਂ ਕਿ ਅਲਫਾਜ਼ ਸਹੀ ਤਰ੍ਹਾਂ ਮੇਂ ਨਜ਼ਰ ਆਵਨ ਠੀਕ ਹੈ। ये चीज़ भी असर लाजमी देखनी है ठीक है जनाब ये देखने ठीक है और मैं थोड़ा साइड तक कर सोचा सा और इनको पीला कर दे पैसे ठीक है और जनाब लिखितना जना ओके कर लेने ठीक है ओके करने के बाद ये दूहें को यानी कि छकतना आखिर तानी यानी कि तक खड़ा दिसो ठीक है बिल्कुल आखिर तानी ठीक है जब भी डे ठीक है और भला वापस अस वैसे और आखिर तो इनको डिलीट कर देने आँगर मार ठीक है ये ठीक है भैया ये ओके थी क्या। और उसने बाद क्या करना ये वीडियो भी यानी कि असफ करना है ठीक है और एक्सपोर्ट जितना लिखा खड़े इन उसे जनाब तुम तो यानी कि कलेक्ट कर ले सो ठीक है और उन्होंने बादई तो अपलोड कर दे वीडियो वायरल करते लिखे ना और चैनल मोनोटाइज वाला करते देख सौ भाई जानी डंडे कलेक्ट कर सो वीडियो को यानी कि सेफ कर गिन एक काम थी कलेयर होने वाला देख सो ठीक है अगों क्या करना है वीडियो कार्ड नहीं लाने वीडियो पूरा देखना है भाई जान सर्च कर दो टिकट वन मिनट ग्रोथ प्रोग्राम ठीक है सर्च में करते सर्च करते ना जनाब तुसा और सामने एक वेबसाइट आई थी वे ठीक है और वह वैबसाइट पे पहली वैबसाइट आ गई है ठीक है और यह वैबसाइट उत्तर जनाब तुसा क्लिक कर दे सो ठीक है भाईजन डेगी ना अठ सौ डॉर का कूपन मिल सदा और ने बाद जनाब पाँच सौ डालर का ही कूपन है पाया त्रै सौ डॉलर का भी ठीक है कहीं को पाँच सौ डॉलर कहीं को त्रै सौ डालर कहीं को यानी कि अठ सौ डॉलर मिलता है जॉइन बटन ने क्लिक करे सोचा ठीक है ਔਰ ਤੁਹਾਡਾ YouTube ਚੈਨਲ ਆਜੀ ਹੂੰ YouTube ਚੈਨਲ ਲਿੰਕ ਕਰ ਜਿਹੜਾ YouTube ਚੈਨਲ ਲਿੰਕ ਕਰਨ ਚਾਹੁੰਦੇ ਹੋ ਜਿੰਨੇ 10 ਹਜ਼ਾਰ ਸਬਸਕ੍ਰਾਈਬਰ ਹੋਣ ਠੀਕ ਹੈ ਔਰ ਲਿੰਕ ਤੇ ਆਵੇਸੀ ਹੈ ਔਰ ਨਵਾਗ ਅਗਰ ਤੁਸੀਂ ਲੈਪਟਾਪ ਦੇ ਉੱਤੇ ਕਰਨੇ ਪਹਿਣਾ ਲੈਪਟਾਪ ਦੇ ਉੱਤੇ ਜਨਾਬ ਕੋਡ ਅੰਧਾਰਾ ਨੇ ਠੀਕ ਹੈ ਲੇਕਿਨ ਮੋਬਾਈਲ ਤੇ ਕੋਡ ਨਾ ਜੀ ਮੈਨੂੰ ਪਤਾ ਤੁਸੀਂ ਮੋਬਾਈਲ ਤੇ ਵੀਡੀਓ ਦੇਦੇ ਬੈਠੇ ਹੋ ਠੀਕ ਹੈ ਅੱਛਾ ਜੀ ਇਹ ਕਰਨੇ ਬਾਅਦ ਕਾਫੀ ਸਾਰੇ ਅਕਾਊਂਟ ਹਨ ਅੱਜਕੱਲ ਯਾਨੀ ਕਿ ਕੋਸੋਤ ਕੋਰੀਆ ਥਿੰਦਾ ਪਏ ਜਰਮਨੀ ਥੀਵਾਂ ਬਾਜ਼ੂਕਾ ਯੂਕੇ ਕਈ ਕੀ ਥੀਨੇ ਕਈ ਕੀ ਨਹੀਂ ਥਿੰਦਾ ठीक है लेकिन मेथड के जरिए लोग करना बैठे ठीक है मेथड तो गिन भी सकते भी सारे के या कहीं के जितो उस तो सौला देवे मोनोटाइजर अकाउंट घिनना चाहते घिन सकते और वीडियो अपलोड कर सो तो कोई फायदा नीत भला तो मैं गाल करा है ठीक अच्छा है अच्छा बाकी जनाब ये दे गिनो किठाक का अकाउंट है ठीक है जरा अकाउंट अस बनाया से ठीक है और ये अकाउंट जनाब हूँ डे गिनो कि अस वीडियो अपलोड कर ठीक है वीडियो अपलोड करने का तरीका है जो एक मिनट के उतने वाला खड़े सो और वाला इन उत्ते कलेक्क दसो वालासो भीडियो ला देना चाहिए हैश टैग ला दि ठीक हैशटैग मैं यानी कि कोई ला पेगा ठीक है और लोकेशन कलैक् करें लोकेशन भी यह ला लेना पाया लाने के बाद अकाउंट तो टिकटॉक का मोनोटाइज थी वही ठीक है जरी कंट्री का करो ठीक है क्योंकि मेरा यूट्यूब चैनल उत्ते अकाउंट मोनोटाइज थे पैया तो यानी कि यह ना थे ब्या और तुम जब पोस्ट के उत्ते कलेक्क कर दे सो ठीक है